ਸਤਿਕਾਰ ਨਮਸਕਾਰ ਔਰ ਅਸਲਾਮ ਅਲੈਕੁਮ। ਮੈਂ ਖੜੀ ਹਾਂ ਬਾਹਰ ਆਪਣੀ ਬਾਲਕਨੀ ਦੇ ਵਿੱਚ, ਹਰਿਆਵਲ, ਆਕਸੀਜਨ, ਅਤੇ ਦੇਖੋ ਕਿੰਨਾ ਕੁਛ ਹੈ। ਆਪਾਂ ਬਹੁਤ ਵਧੀਆ ਗ੍ਰੀਨਰੀ ਮੈਨੂੰ ਲੱਗਦੀ ਹੈ, ਮੌਸਮ ਬੜਾ ਵਧੀਆ ਹੈ। ਪੱਖੇ ਤੋਂ ਬਿਨਾਂ ਵੀ ਬੈਠ ਸਕਦੇ ਹਾਂ ਪਰ ਪੱਖਾ ਚਲਾ ਲਿਆ। ਅਤੇ ਮੈਂ ਸਵੇਰੇ ਜਦੋਂ ਵੀ ਪਾਣੀ ਪੀਣ ਲੱਗਦੀ ਹਾਂ ਤਾਂ ਬਹੁਤ ਕੁਸ਼ਚਨ ਆਉਂਦੇ ਨੇ, ਤੁਸੀਂ ਸਵੇਰੇ ਕੀ ਪੀਂਦੇ ਹੋ। ਲਓ ਜੀ, ਅੱਜ ਫਿਰ ਮੈਂ ਆਹੀ ਜਿਹੜੀ ਗੱਲ ਹੈ ਉਹ ਤੁਹਾਨੂੰ ਦੱਸਦੀ ਹਾਂ ਵੀ ਸਵੇਰੇ ਮੈਂ ਕੀ ਪੀਂਦੀ ਹਾਂ। ਦੇਖੋ, ਇਹ ਜਿਹੜੀ ਜੋ ਕੁਝ ਮੈਂ ਅੱਜ ਡਰਿੰਕ ਵਾਸਤੇ ਦੱਸਾਂਗੀ, ਇਹ ਡਾਇਬਟੀਜ਼ ਵਾਸਤੇ, ਇਹ BP ਵਾਸਤੇ, ਇਹ ਮੇਰੇ ਐਕਸਪੀਰੀਅੰਸ ਨਾਲ, ਬਾਕੀ ਮੈਨੂੰ ਨਹੀਂ ਪਤਾ, ਆਈ ਐਮ ਨੋਟ ਡਾਕਟਰ, ਇਹ ਪੱਕੀ ਗੱਲ ਹੈ, ਮੈਂ ਡਾਕਟਰ ਨਹੀਂ ਹਾਂ। ਮੈਂ ਜੋ ਪੀਂਦੀ ਹਾਂ, ਜੋ ਮੇਰਾ ਐਕਸਪੀਰੀਅੰਸ ਹੈ ਉਹ ਦੱਸਾਂਗੀ। ਦੇਖੋ ਜੀ, ਜਿਹੜਾ ਜੀਰਾ ਹੈ ਨਾ, ਇਹ ਇੱਕ ਬਹੁਤ ਵਧੀਆ ਡਾਈਜੈਸ਼ਨ, ਅਤੇ ਇਹ ਨਵੀਂ ਗੱਲ ਹੀ ਆਈ ਜਦੋਂ ਮੈਂ ਡਾਕਟਰਾਂ ਕੋਲੋਂ ਸੁਣੀ ਵੀ ਜੀਰੇ ਨਾਲ ਵੀ ਬੰਦਾ ਸਲਿਮ ਹੋ ਜਾਂਦਾ, ਫੈਟ ਘੱਟ ਜਾਂਦੀ ਹੈ। ਇਹ ਨੇ ਲੌਂਗ, ਇਹ ਸਾਰੇ ਮਸਾਲੇ ਆਪਾਂ ਨੂੰ ਆਪਣੀ ਕਿਚਨ ਦੇ ਵਿੱਚ, ਵਿਦ ਇਨ ਕਿਚਨ ਤੁਸੀਂ ਕੀ ਪੀ ਸਕਦੇ ਹੋ। ਦੇਖੋ, ਨੁਕਸਾਨ ਹੋ ਸਕਦਾ ਜੇ ਆਪਾਂ ਐਕਸੈਸ ਕਰੀਏ, ਐਕਸੈਸ ਆਫ ਐਵਰੀਥਿੰਗ ਇਜ਼ ਬੈਡ। ਹੁਣ ਕਰਨਾ ਕੀ ਹੈ, ਇਹ ਜੀਰਾ, ਇਹ ਲੌਂਗ ਨੇ, ਇਹ ਦਾਲਚੀਨੀ ਹੈ। ਦਾਲਚੀਨੀ ਪ੍ਰੂਵਨ ਹੈ ਕਿ ਸ਼ੂਗਰ ਵਾਲਿਆਂ ਵਾਸਤੇ ਬਹੁਤ ਵਧੀਆ। ਜੀਰਾ ਜਿਹੜਾ ਉਹ ਹਰ ਬੰਦੇ ਵਾਸਤੇ ਖਾਣੇ 'ਚ ਵੀ ਯੂਜ਼ ਹੁੰਦਾ। ਇਹ ਜਿਹੜੇ ਲੌਂਗ ਨੇ, ਚਾਹ 'ਚ ਵੀ ਪਾਉਂਦੇ ਹੋ, ਗਰਮ ਮਸਾਲਿਆਂ 'ਚ ਵੀ ਪਾਉਂਦੇ ਹੋ, ਚਾਹ ਵੀ ਦੇ ਮਸਾਲੇ 'ਚ ਵੀ ਪਾਉਂਦੇ ਹੋ, ਅਤੇ ਵੈਸੇ ਸਬਜ਼ੀਆਂ ਸੁਬਜ਼ੀਆਂ ਦੇ ਵਿੱਚ ਵੀ ਆਪਾਂ ਪਾਉਂਦੇ ਹਾਂ। ਹੁਣ ਕਰਨਾ ਕੀ ਹੈ, ਦੇਖੋ ਜੀ, 2 ਗਲਾਸ ਪਾਣੀ ਲਵੋ। 2 ਗਲਾਸ ਪਾਣੀ ਲੈ ਕੇ 1 ਸਪੂਨ ਜਿਹੜਾ ਇਹ ਜੀਰੇ ਦਾ, ਇਸ ਤਰ੍ਹਾਂ ਇੰਨਾ ਇਹ ਪਾ ਦਿਓ। 2 ਲੌਂਗ ਪਾ ਲਓ, ਜ਼ਿਆਦਾ ਨਹੀਂ ਪਾਉਣੇ ਲੌਂਗ ਜਿਹੜੇ ਆ। ਇਹਨਾਂ ਦਾ ਇੱਕ ਦਿਨ ਮੈਂ ਤੁਹਾਨੂੰ ਪੂਰਾ ਐਪੀਸੋਡ ਕਰਕੇ ਦਿਖਾਵਾਂਗੀ ਵੀ ਲੌਂਗ ਦੇ ਕੀ ਫਾਇਦੇ ਨੇ। ਸਾਡੇ ਦਾਦੀ ਜੀ ਤਾਂ ਜ਼ਰਾ ਕੁ ਦੰਦ ਦੁਖਣਾ, ਲੌਂਗ ਲਗਾ ਲਓ, ਲੌਂਗ ਦਾ ਤੇਲ ਮਿਲ ਜਾਂਦਾ ਸੀ। ਲੌਂਗ ਦੇ ਤੇਲ ਨਾਲ ਬਾਡੀ ਦੇ ਵਿੱਚ ਕਿਤੇ ਦਰਦ ਹੁੰਦੀ ਹੋਵੇ ਉਹਦੇ ਨਾਲ ਵੀ ਮਸਾਜ ਕਰ ਦਿੰਦੇ ਹੁੰਦੇ ਸੀ। ਮਸੂੜਿਆਂ ਦੀ ਮਸਾਜ ਲੌਂਗ ਦੇ ਨਾਲ ਹੋ ਜਾਂਦੀ ਸੀ, ਪਰ ਮੈਂ ਅੱਜ ਹੋਰ ਗੱਲ ਕਰ ਰਹੀ ਹਾਂ। ਇਵੇਂ ਦਾਲਚੀਨੀ, ਹੁਣ ਦਾਲਚੀਨੀ ਵੀ ਜਿਹੜੀ ਹੈ ਨਾ, ਇਹ ਬੜੀ ਤਰ੍ਹਾਂ ਦੀ ਹੁੰਦੀ ਹੈ। ਦੇਖੋ, ਨੇਪਾਲ ਦੀ ਦਾਲਚੀਨੀ ਹੈ, ਆਪਣੇ ਇੰਡੀਆ ਦੇ ਵਿੱਚ ਕੇਰਲਾ 'ਚ, ਪਰ ਕਹਿੰਦੇ ਨੇ ਸਭ ਤੋਂ ਵਧੀਆ ਦਾਲਚੀਨੀ ਸ਼੍ਰੀਲੰਕਾ ਦੀ ਹੁੰਦੀ ਹੈ। ਹੁਣ ਸਾਨੂੰ ਨਹੀਂ ਪਤਾ ਕਿਹੜਾ ਕੋਈ ਇਹਦੇ ਉੱਤੇ ਲਿਖਿਆ ਹੋਇਆ ਵੀ ਇਹ ਸ਼੍ਰੀਲੰਕਾ ਦੀ ਹੈ। ਉਹਨਾਂ ਕੋਲੋਂ, ਪੰਸਾਰੀ ਕੋਲੋਂ, ਗਰੋਸਰੀ ਵਾਲਿਆਂ ਕੋਲੋਂ ਆਪਾਂ ਲੈ ਆਉਂਦੇ ਹਾਂ, ਅੱਛਾ ਜੋ ਵੀ ਹੈ, ਕਿਸੇ ਦਾ ਘੱਟ ਕਿਸੇ ਦਾ ਵੱਧ, ਫਾਇਦਾ ਤਾਂ ਹੋ ਹੀ ਜਾਂਦਾ ਜੀ। ਫਿਰ ਇਹ ਜੀਰਾ ਪਾ ਲਿਆ ਪਾਣੀ ਦੇ ਵਿੱਚ, ਫਿਰ 2 ਲੌਂਗ ਪਾ ਲਏ, ਅਤੇ ਇੰਨਾ ਕੁ ਪੱਤਾ ਜਿਹੜਾ ਵੇ ਦਾਲਚੀਨੀ ਦਾ ਪਾ ਲਿਆ। ਇਹ ਪਾ ਕੇ 10 ਤੋਂ 15 ਮਿੰਟ ਤੱਕ ਉਹਨੂੰ ਉਬਾਲੋ। ਉਹ ਆਪਣੇ ਆਪ ਹੀ ਗਲਾਸ ਦਾ, 2 ਗਲਾਸ ਦਾ ਕਈ ਵਾਰੀ ਗਲਾਸ ਰਹਿ ਜਾਂਦਾ, ਤੇਜ਼ ਉਬਾਲੋਗੇ ਤਾਂ 1 ਗਲਾਸ ਰਹਿ ਜਾਂਦਾ, ਨਹੀਂ ਤਾਂ ਕਈ ਵਾਰੀ 1.5 ਗਲਾਸ ਵੀ ਰਹਿ ਜਾਂਦਾ। ਇਹ ਸਾਰੇ ਉਬਾਲ ਲਏ, ਉਬਾਲ ਕੇ ਇਹਨਾਂ ਨੂੰ ਰੱਖ ਦਿਓ ਥੋੜ੍ਹਾ ਜਿਹਾ ਠੰਡਾ ਹੋਣ। ਫਿਰ ਇਹਦੇ ਵਿੱਚ ਤੁਸੀਂ ਆਪਣੀ ਜ਼ਰੂਰਤ ਦੇ ਮੁਤਾਬਕ ਨਿੰਬੂ ਪਾ ਲਓ, ਨਿੰਬੂ ਇਹਦੇ ਵਿੱਚ ਨਿਚੋੜੋ। ਫਿਰ ਜਿਹੜੇ ਡਾਇਬਟਿਕ ਨੇ, ਜੇ ਨਹੀਂ ਖਾ ਸਕਦੇ ਸ਼ਹਿਦ ਤਾਂ ਨਾ ਖਾਣ, ਪਰ ਜਿਹੜੇ ਨਹੀਂ ਡਾਇਬਟਿਕ ਔਰ ਸ਼ਹਿਦ ਖਾਣਾ ਪਸੰਦ ਕਰਦੇ ਨੇ, ਔਰ ਵਧੀਆ ਸ਼ਹਿਦ ਲਿਆ ਕੇ, ਜਾਂ ਕਈ ਵਾਰੀ ਮਿਲ ਜਾਂਦਾ ਸਾਨੂੰ, ਜਾਂ ਨਹੀਂ ਮਿਲਦਾ ਤਾਂ ਫਿਰ ਸਾਨੂੰ ਬਾਜ਼ਾਰ ਦੇ ਵੀ ਯੂਜ਼ ਕਰਨੇ ਪੈਂਦੇ ਨੇ। ਇਹਨੂੰ ਫਿਰ ਉਬਾਲ ਕੇ ਸਵੇਰੇ, ਜੇ ਤਾਂ ਨਰਨੇ ਕਾਲ ਜੇ ਪੀ ਸਕਦੇ ਹੋ ਫਿਰ ਤਾਂ ਕਹਾਣੀ ਕੋਈ ਨਹੀਂ, ਫਿਰ ਤਾਂ ਉਹਦਾ ਕਮਾਲ ਹੈ। ਫਿਰ ਤਾਂ ਤੁਸੀਂ 1 ਘੰਟਾ ਕੁਝ ਨਾ ਖਾਓ ਅਤੇ ਬਾਡੀ ਦੇ ਵਿੱਚ ਜਿਹੜੇ ਨੇ ਟੌਕਸਿਨ ਵੀ ਨਿਕਲ ਜਾਂਦੇ ਨੇ, ਮੋਟਾਪਾ ਦੂਰ ਹੁੰਦਾ ਵੇ, ਸ਼ੂਗਰ ਦੂਰ ਹੁੰਦੀ ਹੈ। ਬਹੁਤ ਫਾਇਦੇ ਨੇ ਇਸ ਡਰਿੰਕ ਦੇ। ਕਿਸੇ ਵੇਲੇ ਕਹੋਗੇ ਤਾਂ ਬਣਾ ਕੇ ਵੀ ਦਿਖਾਵਾਂਗੀ, ਅੱਜ ਮੈਨੂੰ ਜਲਦੀ ਹੈ। ਇਹ ਤੁਸੀਂ ਬਣਾ ਕੇ ਰੋਜ਼ਾਨਾ ਪੀਣਾ ਸ਼ੁਰੂ ਕਰੋ,
ਇਸ ਤੋਂ ਇਲਾਵਾ ਜੇ ਇੰਝ ਵੀ ਨਹੀਂ ਨਾ ਕਰ ਸਕਦੇ ਤਾਂ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਪੀਸ ਕੇ ਅਤੇ ਉਹ ਵੀ ਉਬਾਲ ਸਕਦੇ ਹਾਂ। ਇਹ ਵੀ ਕੋਈ ਜ਼ਰੂਰੀ ਨਹੀਂ ਹੈ ਵੀ ਇਹਨਾਂ ਨੂੰ ਸਾਰਿਆਂ ਨੂੰ ਇੱਦਾਂ ਹੀ ਤੁਸੀਂ ਉਬਾਲਣਾ। ਜੇ ਸਵੇਰੇ ਇਹ ਡਰਿੰਕ ਸ਼ੁਰੂ ਕਰੋ ਤਾਂ ਫੈਟ ਵੀ ਘਟੇਗੀ, ਡਾਇਬਟੀਜ਼ ਵੀ ਠੀਕ ਹੋਏਗੀ, ਬਾਡੀ ਵੀ ਫਿੱਟ ਰਹੇਗੀ, ਔਰ ਇਸਦਾ ਨੁਕਸਾਨ ਮੇਰੇ ਹਿਸਾਬ ਨਾਲ ਕੋਈ ਨਹੀਂ। ਨੁਕਸਾਨ ਤਾਂ ਵੇ ਜੇ ਐਡੀ ਸਾਰੀ ਚੱਕੇ ਦਾਲਚੀਨੀ ਦੀ ਵੇ ਸੁੱਟ ਲਈ, ਐਡੇ ਲੌਂਗ ਪਾ ਲਏ, ਐਡਾ ਜੀਰਾ ਪਾ ਲਏ, ਨਾ ਮਿਣ ਕੇ ਪਾਓ, ਦੋ ਲੌਂਗ ਪਾਓ, ਛੋਟਾ ਪੱਤਾ ਉਹਦਾ ਪਾਓ, ਇਹ ਪਾਓ, ਉਬਾਲੋ ਜ਼ਿਆਦਾ ਔਰ ਪੀ ਲਓ, ਅਤੇ ਜਦੋਂ ਫਾਇਦਾ ਹੋਵੇ ਫਿਰ ਮੈਨੂੰ ਦੱਸਿਓ ਜੇ। ਬਹੁਤ ਸ਼ੁਕਰੀਆ ਅੱਜ ਦੀ ਵੀਡੀਓ ਵਾਸਤੇ। ਪੁੱਛਦੇ ਹੋ ਆਂਟੀ ਕੀ ਖਾਂਦੇ ਹੋ, ਕੀ ਪੀਂਦੇ ਹੋ, ਦੇਖ ਲਓ ਮੈਂ ਕੀ ਖਾ ਰਹੀ ਹਾਂ।